ਸਲਾਮ ਅਲੈਕੁਮ ਭੈਣੋ ਦਾ ਭਰਾ ਸਿਸਟਰ ਨੇ ਘਰ ਆਇਆ ਜੀ ਤੇ ਤੁਸੀਂ ਪਤਾ ਜਿੱਥੇ ਵੀ ਤਾਂ ਇੰਗਲੈਂਡ ਹੀ ਜਾਓ ਖਿਦਮਤ ਤਾਂ ਜ਼ਰੂਰ ਹੋਣੀ ਸੋ ਮੈਂ ਜ਼ਿਆਦਾ ਕੋਈ ਨਾ ਖਾਣਾ ਕੋਈ ਮਿੱਠਾ ਛਿੱਠਾ ਦੇ ਲਓ ਤੁਸੀਂ ਮਾੜੇ ਜਿਹੇ ਸਪੈਸ਼ਲ ਬਣਾਏ ਕੋਕਨ ਲੱਡੂ ਜੀ ਇਹ ਮੈਂ ਤੁਸੀਂ ਦੱਸਣਾ ਹੈ ਕੋਕਨ ਲੱਡੂ ਇਹ ਦੇਖੋ ਜੀ ਆਏ ਹਾਏ 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 ਇਹ ਦੇਖੋ ਜੀ ਹੁਣ ਰੈਸਪੀ ਕਿ ਤਰ੍ਹਾਂ ਬਣਾਈ ਨਾ ਕਿ ਤਰ੍ਹਾਂ ਕਰੀ ਨਾ ਇਹ ਤੁਸੀਂ ਉਹਨਾਂ ਨੇ ਚੈਨਲ ਪਰ ਜਾਇ ਤੱਕ ਸੋ ਪਤਾ ਲੱਗ ਸੀ ਤੁਸੀਂ ਮੈਂ ਲਿੰਕ ਡਿਸਕ੍ਰਿਪਸ਼ਨ ਅੰਦਰ ਬਈ ਉੱਠ ਸਾਂ ਤੇ ਟਰਾਈ ਕਰੀ ਭਣਾ ਭਰਾ ਕਿ ਦੱਸਣਾ ਹੈ ਕਿ ਕੀ ਹੈ ਜੀ ਆ ਜਾਓ ਜੀ ਬਿਸਮਿਲ੍ਲਾਹ ਆ ਹਾ 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 ਓ ਹੋ 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 ਆ ਹਾ 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 ਮਿੱਠਾ ਵੈ ਨਾਲ ਚਾਹ ਵੈ ਇਹ ਦੇਖੋ ਜੀ ਦੇਸੀ ਚਾਹ ਓ ਹੋ 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 ਡਾਇਟ ਬੰਦਾ ਕਰਨਾ ਜ਼ਰੂਰ ਲੇਕਿਨ ਇਹ ਜਿਹੜੀ ਚੀਜ਼ਾਂ ਮਿੱਠੀਆਂ ਹੋਣੀਆਂ ਨਾ ਇਹਨਾਂ ਸੁਧਰਨਾ ਵੀ ਦੂਰ ਬੜਾ ਮੁਸ਼ਕਿਲ ਆ ਕੋਸ਼ਿਸ਼ ਜਾਰੀ ਹੈ ਨਾਕਾਮ ਨਾ ਹੋਣਾ ਕਰਨਾ ਰਹਿ ਸੰਜੀ ਜਿਵੇਂ ਕਰਨਾ ਡਾਇਟ ਮੈਨੂੰ ਕੋਲ ਕਦੇ ਮਿੱਠਾ ਚੱਲਣਾ ਪੈਣਾ ਦਾ ਭਰਾ ਹੁਣ ਅਸਾਂ ਕਿਹੜਾ ਕੋਈ ਫਿਟਨੈਸ ਇੰਸਟ੍ਰਕਟਰ ਬਣਨਾ ਆ ਹਾ 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 ਵਾਹ ਜੀ ਵਾਹ ਵਾਹ ਜੀ ਵਾਹ ਆ ਹਾ 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 ਵਾਹ ਚਾਹ ਚੀਜ਼ ਜੀ ਸਪੈਸ਼ਲ ਏਸ਼ੀਅਨ ਟੀ ਮੈਂ ਹਮੇਸ਼ਾ ਇਹ ਜਾਣਾ ਅਸਾਂ ਨੀ ਦੇਸੀ ਚਾਹ ਜਿਹੜੀ ਆ ਨਾ ਤਾਂ ਇੰਗਲਿਸ਼ ਚਾਹ ਨਾਲ ਕੋਈ ਕੰਪੈਰੀਜ਼ਨ ਨਹੀਂ ਦੇਸੀ ਚਾਹ ਤੁਸੀਂ ਪੀਣੇ ਹੋ ਤਾਂ ਮਜ਼ਾ ਆ ਜਾਣਾ ਤਾਂ ਇੰਗਲਿਸ਼ ਚਾਹ ਪੀਣੇ ਹੋ ਬਸ ਚਾਹ ਹੀ ਹੈ ਦੇਰ ਇਜ਼ ਨਥਿੰਗ ਸਪੈਸ਼ਲ ਅਬਾਊਟ ਇਟ ਇੱਕ ਤੁਸੀਂ ਹੋਟਲਾਂ ਵੱਲ ਪਾਕਿਸਤਾਨ ਜਾਓ ਨਾ ਤਾਂ ਬੰਦਾ ਦਿਲ ਕਰਨਾ 20 ਕੱਪ ਪੀ ਜਾਓ ਕੀ ਆ ਇੱਕ ਸਸਤੇ ਇੱਕ ਤਾਂ ਚੰਗੇ ਲੇਕਿਨ ਉਹ ਬੜੋ ਦੇਸੀ ਚਾਹ ਦੇਸੀ ਹੈ ਜੀ ਲੇਕਿਨ ਇੱਕ ਇੱਕ ਚੀਜ਼ ਨਹੀਂ ਤਾਂ ਕਮੀ ਹੈ ਅਗਰ ਹੋਣਾ ਮੰਜੀ ਨਾ ਦੁੱਧ ਆ ਹਾ 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 ਹੇਰ ਤਾਂ ਚਾਹ ਕੜਾਕੇਦਾਰ ਬਣਾ ਇੱਕ ਤਾਂ ਫੋਮ ਆ ਮੈਂ ਉੱਥੇ ਪਤਾ ਵੀ ਲਾਇਆ ਉਹਨੇ ਸਭ ਮੰਜੀ ਨਾਲ ਦੁੱਧ ਦੇਣੇ ਆ ਲੇਕਿਨ ਕਿਉਂਕਿ ਮਹਿੰਗਾ ਆ ਐਂਡ ਜ਼ਿਆਦਾ ਲੋਕ ਕਿੰਨੇ ਨਹੀਂ ਉਹ ਪ੍ਰਿਫੈਰ ਕਰਨਾ ਜਿਹੜਾ ਨੋਰਮਲ ਮਿਲਕ ਆ ਸਸਤਾ ਆਏ ਤਾਂ ਮੰਜੀ ਨਾਲ ਦੁੱਧ ਮਹਿੰਗਾ ਆ ਤੁਸੀਂ ਵਜ੍ਹਾ ਸੂ ਇੱਥੇ ਕੋਈ ਮੰਜੀ ਨਾਲ ਦੁੱਧ ਵੇਚਣਾ ਨਹੀਂ ਇਤਨਾ ਲੇਕਿਨ ਕੌਣ ਹੈ ਜੀ ਯਾਦ ਪਾਕਿਸਤਾਨੀ ਯਾਦ ਆ ਜਾਣੀ ਜਿਹੜਾ ਚਾਹ ਨਾ ਮੈਂ ਨਾ ਕਿ ਨਾ ਤਾਂ ਚਲੋ ਭੈਣੋ ਤਾਂ ਭਰਾਓ ਇੱਕ ਪੀਣੇ ਆ ਕਾਰ ਚੁੱਲ੍ਹੇ ਆ ਯਾਰ ਤਾਂ ਦਹੀਂ ਤਾਂ ਚਿਕਨ ਬਣਾਉਣੇ ਆ ਦਹੀਂ ਚਿਕਨ ਠੀਕ ਹੈ ਭੈਣੋ ਤਾਂ ਭਰਾਓ ਮਿਲਦੇ ਹਾਂ ਥੋੜ੍ਹੀ ਦੇਰੀ 'ਚ ਅਭੀ ਆਪਕੋ ਮੈਂ ਇਨਕੇ ਬਾਰੇ ਮੈਂ ਬਤਾਤਾ ਹੂੰ ਇਨਕੋ ਬੋਲਤੇ ਹੈ ਮਲਕੀ ਪੇੜੇ ਲੱਡੂ ਸਵੀਟ ਹੈ ਮਠਾਈ ਜੈਸਾ ਬਹੁਤ ਹੀ ਅੱਛੇ ਹੈ ਮੇਰੀ ਪਰਸਨਲ ਫੇਵਰੇਟ ਹੈ ਜਬ ਮੈਂ ਸਿਸਟਰ ਕੇ ਘਰ ਪਹੁੰਚਾ ਤਾਂ ਮੈਨੇ ਕਹਾ ਪਲੀਜ਼ ਹੰਬਲ ਰਿਕੁਐਸਟ ਹੈ ਮੇਰੇ ਲਈ ਬਣਾ ਦੀਜੀਏਗਾ ਮੈਂ ਘਰ ਲੈ ਕੇ ਜਾਊਂਗਾ ਉਹ ਹਰ ਰੋਜ਼ ਇੱਕ ਖਾਊਂਗਾ ਜਬ ਤੱਕ ਕਿ ਖਤਮ ਨਹੀਂ ਹੋਤੇ ਐਂਡ ਚਾਹ ਕੇ ਸਾਥ ਇਨਕਾ ਕੁਛ ਅਲੱਗ ਹੀ ਮਜ਼ਾ ਹੈ ਆਈ ਐਮ ਸ਼ੋਰ ਮੈਨੇ ਪ੍ਰੀਵੀਅਸ ਵੀਡੀਓਜ਼ ਮੈਂ ਵੀ ਮੈਂਸ਼ਨ ਕੀਆ ਹੈ ਜਬ ਕੋਈ ਚੀਜ਼ ਅੱਛੀ ਹੋਤੀ ਹੈ ਤਾਂ ਮੈਂ ਜ਼ਰੂਰ ਉਸਕੋ ਬਾਰ ਬਾਰ ਰਿਪੀਟ ਕਰਤਾ ਹੂੰ ਤਾਂ ਕਿ ਆਪ ਮੇਰੇ ਬਈ ਔਰ ਬਹਿਨੋ ਟਰਾਈ ਕੀਜੀਏ ਕਿਉਂਕਿ ਯੂ ਨੋ ਘਰ ਪਰ ਅਗਰ ਹਮ ਚੀਜ਼ਾਂ ਬਣਾ ਸਕਦੇ ਹਾਂ ਤਾਂ ਫਿਰ ਸ਼ਾਪ ਸੇ ਕਿਉਂ ਲੈਤੇ ਹੈ ਕਿਉਂ ਲੈ ਸੋ ਇਹ ਬਹੁਤ ਹੀ ਅੱਛੇ ਵੀ ਮੇਰੇ ਸਿਸਟਰ ਮੇਰੇ ਲਈ ਪੈਕ ਕਰ ਰਹੇ ਹੈ ਰੀਅਲੀ ਅਪਰੀਸ਼ੀਏਟਿਡ ਔਰ ਇਹ ਕੁਛ ਸਾਥ ਮੈਂ ਬਣਾ ਰਹੇ ਥੇ ਤਾਂ ਮੈਨੇ ਪੁੱਛਾ ਇਹ ਕਿਆ ਹੈ ਤਾਂ ਕਹਿ ਰਹੇ ਇਹ ਸਲੂਣੇ ਬਰਾਊਨ ਰਾਈਸ ਬਣ ਰਹੇ ਤਾਂ ਮੈਨੇ ਕਹਾ ਚਲੋ ਅੱਛਾ ਹੈ ਆਪ ਬਣਾ ਕੇ ਖਾਓ ਫਿਰ ਆਪ ਯੂਕੇ ਕੇ ਕਿਸੇ ਵੀ ਟਾਊਨ ਚਲੇ ਜਾਓ ਇੱਕ ਬਾਤ ਬਹੁਤ ਹੀ ਕਾਮਨ ਹੈ ਆਪਕੋ ਇੱਕ ਹੀ ਸਟਰੀਟ ਪੇ ਬਹੁਤ ਸਾਰੇ ਟੇਕਵੇ ਨਜ਼ਰ ਆਏਗੇ ਇਹ ਪਤਾ ਨਹੀਂ ਕਿਉਂ ਮੈਂ ਹਮੇਸ਼ਾ ਇਹ ਸੋਚਦਾ ਹਾਂ ਇਹ ਕੈਸੇ ਬਿਜ਼ਨਸ ਇਨਕਾ ਹੋਤਾ ਹੋਗਾ ਚਲੋ ਰਿਸਕ ਦੇਣੇ ਵਾਲਾ ਉੱਪਰ ਵਾਲਾ ਹੈ ਵੈਸੇ ਮੁਝੇ ਇਹ ਗੁਜ਼ਰ ਰਹਾ ਤਾਂ ਇਹ ਟੇਕਵੇ ਨਜ਼ਰ ਆਇਆ ਜਿਸ ਕਾ ਨਾਮ ਹੈ ਦੇਸੀ ਜ਼ਾਇਕਾ ਇਸਕੇ ਬਾਰੇ ਮੈਂ ਬਾਅਦ ਮੈਂ ਬਾਤ ਕਰੂੰਗਾ ਆਪ ਜ਼ਰੂਰ ਦੇਖੇਗਾ ਵੀਡੀਓ ਐਂਡ ਤੱਕ ਬਹੁਤ ਹੀ ਇੰਟਰਸਟਿੰਗ ਸਟੋਰੀ ਹੈ ਇਨਕੀ ਬਾਈ ਕੀ ਐਂਡ ਇਨਕਾ ਖਾਣਾ ਵੀ ਕੈਸਾ ਹੈ ਉਹ ਮੈਂ ਐਂਡ ਪੇ ਆਪਕੋ ਬਤਾਊਂਗਾ ਨਿਆ ਓਪਨ ਹੋਇਆ ਤਾਂ ਮੈਨੇ ਕਹਾ ਆਪਣੇ ਬਹਿਨੋ ਭਾਈਓ ਕੇ ਸਾਥ ਸ਼ੇਅਰ ਕਰਤਾ ਹੂੰ ਐਂਡ ਇਨਸਾਨ ਬਹੁਤ ਹੀ ਅੱਛੇ ਹੈ ਇਨਕੀ ਸਟੋਰੀ ਵੀ ਬਹੁਤ ਅੱਛੀ ਹੈ ਆਪ ਜ਼ਰੂਰ ਦੇਖੇਗਾ ਵੀਡੀਓ ਐਂਡ ਤੱਕ ਐਂਡ ਇਹ ਅਭੀ ਆਪ ਜੋ ਦੇਖ ਰਹੇ ਯਹਾਂ ਪੇ ਦਾਲ ਹੈ ਔਰ ਇਹ ਕੁਛ ਬੋਲ ਰਹੇ ਥੇ ਬੱਤੇ ਹੈ ਪੜਤੇ ਮੁਝੇ ਨਾਮ ਨਹੀਂ ਪਤਾ ਔਰ ਇਹ ਆਪਕੋ ਦਾਲ ਚਿਕਨ ਔਰ ਇਹ ਭਿੰਡੀ ਹੈ ਔਰ ਪੇਰੀ ਪੇਰੀ ਵਗੈਰਾ ਵੀ ਪੜੀ ਹੋਈ ਹੈ ਨਿਆ ਟੇਕਵੇ ਹੈ ਟਾਊਨ ਮੈਂ ਐਂਡ ਬਹੁਤ ਅੱਛੇ ਇਨਸਾਨ ਹੈ ਅਭੀ ਮੈਨੇ ਕਹਾ ਮੇਰੇ ਲਈ ਬਾਈ ਰੋਟੀ ਲਗਾ ਦੀਜੀਏਗਾ ਔਰ ਨਾਨ ਵੀ ਰੋਟੀ ਲਗਾ ਰਹੇ ਹੈ ਮੈਨੇ ਕਹਾ ਮੈਂ ਕੋਸ਼ਿਸ਼ ਕਰੂੰਗਾ ਜਿੰਨਾ ਮੈਂ ਆਪਕੋ ਆਪਣੇ ਟਿਕਟੋਕ ਪੇ ਔਰ ਯਹਾਂ ਪੇ ਪ੍ਰਮੋਟ ਕਰ ਸਕਤਾ ਹੂੰ ਮੈਂ ਕਰੂੰਗਾ ਐਂਡ ਇਹ ਇਨਕਾ ਪੀਜ਼ਾ ਇਹਨੇ ਮੇਰੇ ਲਈ ਸਪੈਸ਼ਲੀ ਬਣਾਇਆ ਐਂਡ ਇਹ ਕੈਸਾ ਇਹ ਮੈਂ ਆਪਕੋ ਬਤਾਊਂਗਾ ਐਂਡ ਤੱਕ ਆਪ ਵੀਡੀਓ ਜ਼ਰੂਰ ਦੇਖੀਏਗਾ ਬਹੁਤ ਹੀ ਅੱਛੇ ਇਨਸਾਨ ਹੈ ਐਂਡ ਵਾਪਸ ਆ ਰਹੇ ਘਰ ਜੀ ਤੁਸੀਂ ਇੰਟਰਸਟਿੰਗ ਸਟੋਰੀ ਦੱਸਣਾ ਚਾਹੀਦਾ ਭੈਣ ਉਹਨੇ ਘਰ ਮੈਂ ਗਿਆ ਹਾਂ ਰਹਿ ਚ ਨਿਆ ਮੈਂ ਟੇਕਵੇ ਦੇਖਿਆ ਜੀ ਸਾਨੂੰ ਦੇਸੀ ਜ਼ਾਇਕਾ ਮੈਂ ਅੱਛਾ ਕੋਲੋਂ ਗੁਜ਼ਰਿਆ ਜੀ ਭੈਣ ਮਾੜੀ ਬੈਠੀ ਸੀ ਇੱਕ ਨਿਆ ਬਿਜ਼ਨਸ ਹੋਇਆ ਤੁਸੀਂ ਪਤਾ ਟਾਈਮ ਬਣਾ ਪਿੱਕ ਕਰਨੇ ਹੋ ਤੇ ਮੈਂ ਅੱਲਾ ਬਰਕਤ ਰਹਿਣੇ ਅੱਲਾ ਔਰ ਕਮਯਾਬੀ ਦਾ ਕਸਟਮਰ ਅੱਛਾ ਨੇ ਤੇ ਮੈਂ ਹਮੇਸ਼ਾ ਦੂਏ ਬੰਦੇ ਦੀ ਦੁਆ ਕਰਨਾ ਆਣਿਆ ਕਿ ਦੂਏ ਬੰਦੇ ਦੀ ਦੁਆ ਕਰੋ ਤਾਂ ਆਪਣੀ ਦੁਆ ਵੀ ਕਬੂਲ ਹੋ ਜਾਣੀ
So, गुजरे में गया जी सिस्टर ने कार ऑन द वे बैक में वापस आया आज जी हस्बैंड एंड वाइफ तो बैठे से वो क्वाइट सा कोई बंदा नहीं सा मैं गुजरिया को माड़ा पता नहीं मैं एक जो बंदा जी चूट में मैं मारना ना लेकिन माड़ा पता नहीं किया मैं तकड़ा कुछ बिजनेस अगर कोई अच्छा नहीं मतलब डाउन आ बिजनेस या कुछ भी मैं कोशिश करना अपनी तरफ में जितना कर सकना मैं करना है तो मैं चलो जाने हालांकि मैं अपने कार में ये दे क्या सुना दही चिकन बना रहे लेकिन मैं चलो कल बनाई कि तो मैं अंदर चला गया जी मैं भैन प्रो किया है कि जिमी क्या सुना सब ठीक ठाक है ठीक ठाक मैं जिमी कि तुम भिंडियां चाहिए हो जी ला जी चार रोटियां चाहिए दो नान चाहिए हो तो एक मर्द पिज्जा बनाई ओड़ो फिर भाई ने मुझे स्टोरी सुनाई कि नया नया ओपन बर्मिंघम से इतना शिफ्ट होए तो बिजनेस काफ़ी डाउन ऑब्वियसली क्योंकि नया हो रेस्टोरेंट आ तो तुम्हें पता टेक वे टाइम लाना पिक करने मैं भैन तो भ्राओ मैं ये चीज़ा चाहिए हो मैं कोशिश कर सकता जितना मैं कर सकना है अगर पिछले बड़ा मत करा हमेशा मैं जिंदगी एक चीज़ नहीं मैं बहुत अप्रीशिएट करना है कि तुम कुछ जगह जाओ ना तुम जो ओनर आ या बंदा जो गल करना पे कि किस लहजे गल करना पे एंड अगर वो दिलाई छी जाए ना तो मैं फैन हो जाना उस बंदे ना तो बहुत प्यारा इंसान सा बहुत प्यारे हस्बैंड एंड वाइफ से तो मैं उतू कि भंडिया किंदियाँ तो पिज़्ज़ा किंदा छोटा जहा तो रोटी नान किंदे तो बहुत अच्छे इंसान है नमें आया कि असं जो बिरयानी ट्राई करनी थर्सडे उन्हें बनाने बिरयानी लगे थर्सडे बनाने बिकी जानी फटोफट मैं जरूर थर्सडे असं जरूर ट्राई कर सकता इंशाल्लाह तो तू अपने अपना कि थर्सडे में बिरयानी दसा तो बहुत तारीफ ना की बिरयानी हर कोई चीज़ अपनी चीज़ की तारीफ ही करना लेकिन उन्होंने यकीन मानो तुम ट्राई कर सकता अक्सर वाह सो मैं थर्सडे जरूर जा सकता ट्राई कर सकता अपना अपना तुम मैं दसा तो हमें पिज़्ज़ा आंदा तुम चीज़ें दसना कड़ी कड़ी में चीज़ आँदी ये ट्राई करना है तो फिर उस बाद भैन भ्राओ खाने चलो क्या पिज़्ज़ा जी ऐ देखो ऐ देखिए भिंडी ते ओह इसलिए ये त्रै चटनियाँ सॉस वगैरह सैलड ते ऐ देखा तंदूरा नहीं रोटियां जी हाँ 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 ऐ देखो तंदूरा नहीं रोटियां चार ही मरहले च ते दो नान ना 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 मैं इतना ना कुछ आ ही सकना लेकिन रोटी हमेशा तंदूरा मी पसंद ही ऐ देखो जी हाँ 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 वाह जी वाह ट्राई करना भैन तो भ्रा तुसें दसने अल्लाह रहमान रहीम भिंडी वाली टेस्ट आ अच्छी है जी ये ना आना कि बहुत चंगी है कि भिंडियां 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 ही होनी अपना देसी दे कारना बनाने सब देसी टेस्ट आ देसी है पूरी आ ना इन्हें रखे देसी जायका क्योंकि देसी है कड़ाई वाला स्वाद आ ये रखने हैं जी सारे नाल ट्राई करने हैं जी पिज़्ज़ा बिस्मिल्लाहिर्रहमानिर्रहीम अच्छा पिज़्ज़ा जी अच्छा पिज़्ज़ा टॉपिंग काफ़ी ज़्यादा ही है वैसे तो कंजूसी करने से भी गए लेकिन माड़े प्रभु चंगी टॉपिंग्स वगैरह पाई अच्छी क्वांटिटी पाई ने बहुत अच्छा आया तो पिज़्ज़ा जरूर बहुत जबरदस्त है तो भैन तो भ्रा अगर ब्लैक बनी चाहिए तो देसी जायका कॉपी नुक स्ट्रीट है पर टाउन सेंटर से 5 मिनट लगना है पर रोड अच्छे आप ट्राई भी कर देसी आ टोटल देसी टच आ तो पिज़्ज़ा भी देसी आ अच्छा जी हालांकि माड़ा कोई प्लानिंग नहीं टेक अवे किन्ने नहीं माड़ा प्लान से कार जैसा देही ने चिकन देही चिकन बना सा भैन भ्रा की दसता लेकिन वाले ना इंसान की प्लानिंग एक तरफ ते ऊपर वाले ने प्लानिंग एक तरफ माड़ा कोई प्लान नहीं सा टेक अवे किन्ने ना लेकिन इंसान इंसान ने कम अच्छा तो मैं यही दुआ करना उन्हें भैन भ्रा से अल्लाह उन्होंने बरकत बिजनेस ही अच्छा है और कामयाबी दे इंसान बहुत छे एंड इंसानियत इस दुनिया ही ज़रूरी है इंसानी इंसान ने कम ऐसी तय दुनिया के बढ़ सी ये तय नफरत मुसीबत क्या बना भी मैं खुद नहीं पता लेकिन समझी गए पढ़ा तो भ्रा तय फैमिली ना भी खाना है फैमिली की भी देना ये तो अक्सर तक हो जी आने सारा ठेडा कर
मुछा मड़िया मैं चली जा सी मैं बताया मैं कोई आने मैं इजिप्ट सोया कोई मैं आने के मैं मारियो वाल लगना सो अलग अलग वैसे मैं मस्तियां करना रहना जी लेकिन शेव करी उड़ सकता इन शाह ते ठीक है प्रणाम करो ते इंशाल्लाह जरूर मिल सकता है अगली वीडियो ना दही चिकन जरूर ना बना सकना पेड़ा बना के दसो इंशाल्लाह अपना ख्याल रखे आवे खाया पिया अच्छा आवे ते मौसम मौ खराब होने वाला है स्नो दसी ने प्लीज अपनी लुक आफ्टर करे आवे ठीक है ना फिर मिल सा अपनी भैन भ्रा की मेरी अपनी दुआई याद रखे आवे सो माड़े भैनों तो भ्राओ माड़ी दुआ च हमेशा रह सो सब्सक्राइब भी करी ओड़े भैन भ्राओ लाइक भी करी ओड़े तो शेयर भी करी ओड़े थैंक यू अल्लाह हाफिज़।